ਹਾਂ ਜੀ ਰਿਹਾ ਸਾਸੀ ਗਾਲੀ ਪਹਿਲਾਂ ਦਾ ਤੇ ਤੁਹਾਡਾ ਸੁਆਗਤ ਹੈ ਸਾਡੇ ਪੋਡਕਾਸਟ ਤੇ ਪਹਿਲਾਂ ਤਾਂ ਪਰ ਰਿਵਰਸ ਮਾਈਗ੍ਰੇਸ਼ਨ ਬਾਰੇ ਅੱਪਾ ਕਿੰਨੀ ਵਾਰੀ ਗੱਲ ਕਰ ਲਈ ਤੇ ਕਿੰਨੇ ਲੋਕਾਂ ਦੇ ਅੱਡ ਅੱਡ ਵਿਚਾਰ ਹੁੰਦੇ ਨੇ ਪਰ ਮੈਂ ਹੁਣ ਫੇਰ ਮੈਂ ਥੋੜੀਆਂ ਵੀਡੀਓਜ਼ ਦੇਖ ਰਿਆ ਹਾਂ ਨਾ ਬਹੁਤ ਲੋਕ ਮਤਲਬ ਡੀਮੋਟੀਵੇਟਿਡ ਹੋਏ ਪਏ ਆ ਕਈ ਲੋਕ ਕਹੀ ਜਾਂਦੇ ਆ ਕਿ ਅੱਤ ਸਭ ਸੀ ਮੈਟ੍ਰਿਕ ਚ ਫਸੇ ਪਏ ਹੋ ਐਸੋ ਹੀ ਐਥੇ ਤਾਂ ਬਹੁਤ ਬੁਰਾ ਹਾਲ ਆ ਤੇ ਇਹ ਤੁਸੀਂ ਸਭ ਨੂੰ ਤੁਸੀਂ ਕਿਵੇਂ ਕਿਵੇਂ ਦੇਖਦੇ ਹੋ ਇਹੜੇ ਵੀਰ ਭਰਾ ਕੋਈ ਵੀ ਸੋਸ਼ਲ ਮੀਡੀਆ ਤੇ ਦੇਖੀਦਾ ਇਹ ਕਹਿੰਦੇ ਵੀ ਰਿਵਰਸ ਮਾਈਗ੍ਰੇਸ਼ਨ ਕਰਨੀ ਚਾਹੀਦੀ ਆ ਆਪਾਂ ਤੇ ਸਟਕ ਹੋ ਗਏ ਆ ਜਾਂ ਆਪਣਾ ਕੋਈ ਲਾਈਫ ਸਟਾਈਲ ਨਹੀਂ ਹੈਗਾ ਜਾਂ ਕੁਝ ਵੀ ਕਹਿੰਦੇ ਆ ਉਹ ਯਾਰ ਉਹਨਾਂ ਨੂੰ ਨਾ ਥੋੜਾ ਜਿਆਦਾ ਟਾਈਮ ਦੇਣਾ ਚਾਹੀਦਾ ਲਾਈਫ ਦੇ ਵਿੱਚ ਥੋੜਾ ਜਿਆਦਾ ਟਾਈਮ ਦੋ ਹਰ ਚੀਜ਼ ਨੂੰ ਟਾਈਮ ਲੱਗਦਾ ਆ ਮੈਂ ਨਹੀਂ ਕਹਿੰਦਾ ਨਾ ਜਾਣਾ ਤਾਂ ਹੈਗਾ ਹੀ ਆ ਉੱਥੇ ਤਾਂ ਆਪਣਾ ਆਪਣਾ ਸਾਰਾ ਕੁਝ ਪਛੋਕੜ ਉੱਥੇ ਆ ਆਪਣਾ ਨਾ ਘਰ-ਬਾਰ ਸਾਰੇ ਰਿਸ਼ਤੇਦਾਰ ਉੱਥੇ ਆ ਪਰ ਤੁਸੀਂ ਜਦੋਂ ਇਸ ਕੰਟਰੀ ਦੇ ਵਿੱਚ ਮੂਵ ਹੋਏ ਕਿਸੇ ਵੀ ਕੰਟਰੀ ਜੇ ਮੈਂ ਆਪਣੀ ਕੰਟਰੀ ਜੇ ਕਿਸੇ ਵੀ ਕੰਟਰੀ ਮੂਵ ਉਹ ਟਾਈਮ ਦੇਣਾ ਚਾਹੀਦਾ ਕਿ ਵੀ ਹਾਂ ਯਾਰ ਕਿ ਭਈ ਆ ਮੇਰਾ ਥਾਟ ਪ੍ਰੋਸੈਸ ਆ ਕਿ ਮੈਂ ਆ ਸੋਚ ਕੇ ਆਇਆ ਸੀਗਾ ਕਿ ਵੀ ਉਸ ਚੀਜ਼ ਨੂੰ ਟਾਈਮ ਲੱਗਦਾ ਬੂਟਾ ਮੇਰਾ ਵੀ ਰ ਇੱਕ ਦਿਨ ਚ ਨਹੀਂ ਵੱਡਾ ਕਿ ਦਰਖਤ ਬਣੂਗਾ ਟਾਈਮ ਲੱਗਣਾ ਜੇ ਤੁਸੀਂ ਸੋਚੋਗੇ ਵਿਚਾਰੋਗੇ ਪਲਾਨ ਕਰੋਗੇ ਹਾਂ ਵੀ ਯਾਰ ਆ ਚੀਜ਼ ਇੱਥੋਂ ਇਦਾਂ ਕਰਨੀ ਹੈ ਅਗਲੇ ਸਾਲ ਤੱਕ ਮੈਂ ਆਚੀਵ ਕਰਨਾ ਜਾਂ ਮੇਰੇ ਆ ਗੋਲਜ਼ ਆ ਕਿ ਮੈਂ ਕਿੱਦਾਂ ਆਪਣੇ ਪਰਿਵਾਰ ਨੂੰ ਸੈੱਟ ਕਰਨਾ ਕਿੱਦਾਂ ਕੀ ਕਰਨਾ ਫੇਰ ਤੁਹਾਡੇ ਦਿਮਾਗ ਦੇ ਵਿੱਚ ਰਿਵਰਸ ਮਾਈਗ੍ਰੇਸ਼ਨ ਦਾ ਥੋਟ ਆਉਂਦਾ ਇਨੀਂਗਾ ਜੇ ਤੁਸੀਂ ਆਪਣੇ ਆਪ ਨੂੰ ਬਿਜ਼ੀ ਰੱਖਦੇ ਹੋ ਨਾ ਕਿ ਮੈਂ ਮੇਰੇ ਮੈਂ ਕੀ ਅਚੀਵ ਕਰਨ ਲਾ ਕਿ ਮੈਂ ਉਧਰ ਧਿਆਨ ਦੇਵਾਂ ਨਾ ਮੈਂ ਸੋਚਿਆ ਕਿ ਯਾਰ ਮੈਂ ਤਾਂ ਫਸ ਗਿਆ ਇੱਥੇ ਆ ਕੇ ਮੈਂ ਤਾਂ ਗਲ ਸਟੈਪ ਚੱਕ ਲਿਆ ਜਿੰਨਾ 네ਗੇਟਿਵ ਦਿਮਾਗ ਜਿੰਨੀ ਮਰਜ਼ੀ ਗੱਲ ਬਾੜੀ ਚੱਲੋ ਉਹ ਵਧੀ ਜਾਣੀ ਹੈ ਲੋ ਸਹੀ ਗੱਲ ਹੈ ਹਾਂਜੀ ਜਿਵੇਂ ਜਿਵੇਂ ਆਪਾਂ ਕਿਹਾ ਨਾ ਇਹ ਤਾਂ ਅਜੇ ਆਪਾਂ ਗਰਾਉਂਡ ਵਰਕ ਹੈ ਜੇ ਆਪਾਂ ਕਰ ਰਹੇ ਹਾਂਗੇ ਬਿਲਕੁਲ ਬਿਲਕੁਲ ਇੱਕ ਤਰ੍ਹਾਂ ਨਿਉਂਆ ਭਰ ਰਹੇ ਹਾਂ ਯਾਰ ਉਸ ਜਿਹੜਾ ਜੜਾਂ ਹੈ ਤਾਂ ਹੀ ਅਜੇ ਆਪਾਂ ਬਸ ਇਹ ਤਾਂ ਆਪਾਂ ਬੂਟਾ ਹਿਲਾਇਆ ਤੁਸੀਂ ਹੁਣੇ ਥੋੜੀ ਫਾਲ ਤੁਸੀਂ ਭਾਲ ਲਿਓਗੇ ਤੇ ਲੋਕ ਕਹਿੰਦੇ ਆ ਕਿ ਜਾਨੂੰ ਇੱਥੇ 4 ਸਾਲ ਹੋ ਗਏ ਆ ਇਹ ਨਹੀਂ ਆ 5 ਸਾਲ ਹੋ ਗਏ ਮੈਂ ਇੱਥੇ ਦੇਖ ਲਿਆ ਯਾਰ 5 ਸਾਲਾਂ ਦੇ ਵਿੱਚ ਤੁਸੀਂ ਕੀ ਦੇਖ ਲਿਆ ਇੱਥੇ ਬਿਲਕੁਲ ਨਹੀਂ ਇਹ ਬਹੁਤ ਟਾਈਮ ਲੱਗਦਾ ਹਰ ਚੀਜ਼ ਨੂੰ ਟਾਈਮ ਲੱਗਦਾ ਮੇਰਾ ਵੀ ਚਲੋ 5 ਸਾਲ ਤੁਹਾਡਾ ਐਕਸਪੀਰੀਅੰਸ ਜੀ ਉਸ ਐਕਸਪੀਰੀਅੰਸ ਨੂੰ 5 ਸਾਲ ਦੇ ਨੂੰ 6ਵੇਂ ਸਾਲ 'ਚ ਕਿਵੇਂ ਯੂਜ਼ ਕਰਦੇ ਹੋ ਹਾਂ ਉਹ ਸਰ ਨੂੰ ਵੱਡਾ ਕੁਐਸਚਨ ਉਹ ਅੱਜ ਤੁਸੀਂ 5 ਸਾਲ ਜਾਂ 6 ਸਾਲ ਜਿੰਨੇ ਵੀ ਕੰਟਰੀ ਦੇ ਵਿੱਚ ਲਾਏ ਆ ਤੁਸੀਂ ਉਹਨੂੰ ਉਹਦਾ ਉਹਨੂੰ ਆਪਣੇ ਸੋਚੋ ਕਿ ਵੀ ਹਾਂ ਯਾਰ ਮੈਂ 5 ਸਾਲ ਇਸ ਕੰਟਰੀ ਚ ਲਾਇਆ ਮੈਂ ਹ ਮੋਸ ਪੰਜ ਸਾਲਾਂ ਬਾਅਦ ਮੈਂ 6ਵੇਂ ਸਾਲ ਦੇ ਵਿੱਚ ਜਦੋਂ ਐਂਟਰ ਹੋਣਾ ਮੇਰਾ ਯਾਰ ਉਹ 6-5 ਸਾਲ ਹੈਲਪ ਕਰ ਰਿਹਾ ਮੈਨੂੰ ਹੁਣ ਕਿ ਮੈਂ 6ਵੇਂ ਸਾਲ ਦੇ ਵਿੱਚ ਕੁਝ ਹੋਰ ਡਿਫਰੈਂਟ ਕਰਨਾ ਹੈ ਜਾਂ ਮੇਰਾ ਕੋਈ ਨਵਾਂ ਗੋਲ ਹੈ ਮੈਂ ਉਹਨੂੰ ਅਚੀਵ ਕਰ ਸਕਾ ਉਹ ਜੇ ਤੁਸੀਂ ਉਹੀ ਸੋਚੀ ਜਾਓਗੇ ਯਾਰ ਕਿ ਮੈਂ ਯਾਰ ਪੰਜ ਸਾਲ ਖਰਾਬ ਕਰ ਲੇ ਕਿ ਪੰਜ ਸਾਲ ਮੈਂ ਤਾਂ ਵੇਸਟ ਕਰ ਲੇ ਫਿਰ ਤੁਸੀਂ ਉਹ 10 ਸਾਲ ਲਓ ਸਹੀ ਗੱਲ ਜੋ ਜੇ ਤੁਸੀਂ ਕੁਝ ਸਿੱਖਣਾ ਹੀ ਨਹੀਂ ਹੈਗਾ ਸਿੱਖਣਾ ਹੀ ਨਹੀਂਗਾ ਜਦੋਂ ਤੁਸੀਂ ਸੋਚਣਾ ਹੀ ਨਹੀਂਗਾ ਕਿ ਹਾਂ ਯਾਰ ਮੈਂ ਯਾਰ ਆਪਦੇ ਪੰਜ ਸਾਲਾਂ ਦੇ ਵਿੱਚ ਲਾਈਫ ਕਿੱਥੇ ਸੀ ਕਿੱਥੋਂ ਕਿੱਥੇ ਮੈਂ ਆ ਗਿਆ ਆ ਕਿ ਮੈਂ ਜਦੋਂ ਮੈਂ ਸਟੂਡੈਂਟ ਤੇ ਆਇਆ ਸੀ ਕਿਵੇਂ ਆਇਆ ਸੀ ਹਾਰਡਵਰਕ ਕੀਤਾ ਆ ਕਿ ਮੈਨੂੰ ਵਰਕ ਪਰਮਿਟ ਮਿਲੇ ਆ ਜਾਂ ਕੁਝ ਵੀ ਆ ਜਿਵੇਂ ਮੈਂ ਪੀਆਰ ਆ ਮੈਂ ਅਚੀਵ ਕੀਤਾ ਕੁਝ ਮੈਂ ਇਨਤ ਆਪਦਾ ਸੰਘਰਸ਼ ਕਰਕੇ ਅਚੀਵ ਕੀਤਾ ਆ ਤੇ ਉਹਨੂੰ ਜੇ ਹੁਣ ਤੁਸੀਂ ਵੈਸੇ ਮੈਂ ਦੱਸ ਦਿੰਦਾ ਮੇਰੇ ਪਰਸਨਲ ਥਾਟਸ ਆ ਜਿਹੜਾ ਬੰਦਾ 5-7 ਸਾਲ ਲਾ ਗਿਆ ਨਾ ਜਿਹੜਾ ਪਲਾਨ ਚ ਪੈ ਗਿਆ ਉਹਦਾ ਦੇਖ ਲਿਆ ਕਿ ਵੀ ਉਹਨਾਂ ਨੂੰ ਪਤਾ ਕਿ ਮੇਰੀ ਲਾਈਫ ਸਟਾਈਲ ਸੈੱਟ ਚੱਲਦੀ ਪਈ ਆ ਉਹ ਰਿਵਰਸ ਮਾਈਗ੍ਰੇਸ਼ਨ ਦੀ ਇਨੀਸ਼ੀਅਤ ਹੀ ਗੱਲ ਨਹੀਂ ਕਰਦਾ ਉਹ ਸੋਚਦਾ ਹੈ ਕਿ ਬਈ ਹਾਂ ਯਾਰ ਮੈਂ ਜੇ ਇੰਨਾ ਟਾਈਮ ਲਾਇਆ ਮੈਨੂੰ ਪਤਾ ਮੈਂ ਕਿੱਥੋਂ ਕਿੱਥੇ ਆ ਗਿਆ ਰਿਵਰਸ ਮਾਈਗ੍ਰੇਸ਼ਨ ਇਸ ਵਕਤ ਜਿਹੜਾ ਬੰਦਾ ਕਰ ਰਿਹਾ ਕਾਲੀ ਕਰ ਰਿਹਾ ਉਹ ਜਿਹੜੇ ਹਜੇ ਨਵੇਂ-ਨਵੇਂ ਪਾਈ ਆਏ ਸਹੀ ਗੱਲ ਹੈ ਵੈਸੇ ਹੁਣ ਮੈਂ ਚਲੋ ਆਪਾਂ ਪਰਸਨਲ ਸੋਸ਼ਲ ਮੀਡੀਆ ਤੇ ਕਿਸੇ ਨੂੰ ਨਹੀਂ ਜਾਣ ਦੇਗੇ ਪਰ ਮੈਂ ਕਈ ਵਾਰੀ ਵੀਡੀਓਜ਼ ਦੇਖੀ ਦੀ ਕੁਝ ਦੇਖੀ ਦੀ ਉਹ ਬਾਈ ਹਜੇ ਕਹਿੰਦੇ ਵੀ ਅਸੀਂ 3 ਮਹੀਨੇ حساب ਲਾ ਲਿਆ ਜਾਂ ਅਸੀਂ 6 ਮਹੀਨੇ حساب ਲਾ ਲਿਆ ਉਹ ਹਜੇ ਤੁਸੀਂ ਸਟਾਰਟਿੰਗ ਹੀ ਨਹੀਂ ਦੇਖੀ ਇਹ ਤਾਂ ਸਹੀ ਗੱਲ ਹੈ ਤੁਸੀਂ ਸ਼ੁਰੂ ਵੀ ਨਹੀਂ ਹੋ ਜਾਗੇ ਇਹ ਤਾਂ ਸ਼ੁਰੂ ਹੀ ਨਹੀਂ ਹੋਏ ਲਾਈਫ ਦੇ ਵਿੱਚ ਨਾ ਤੁਸੀਂ ਐਡਾ ਵੱਡਾ ਸਟੈਪ ਲਿਆ ਤੁਹਾਡੇ ਹੈਲਪ ਪੇਰੈਂਟਸ ਨੇ ਹੈਲਪ ਕੀਤੀ ਹੈ ਤੁਸੀਂ ਬਾਹਰਲੀ ਕੰਟਰੀ ਜਾਏ ਹੋ ਜੇ ਤੁਸੀਂ ਆਪਦੇ ਆਪ ਨੂੰ ਪਹਿਲੇ ਪਹਿਲੇ ਕੁਝ ਟਾਈਮ ਦੇ ਵਿੱਚ ਇਹ ਕਹਿਣ ਲੱਗ ਜਿਓ ਕਿ ਵੀ ਨਹੀਂ ਯਾਰ ਆਹ ਤਾਂ ਗਲਤ ਡਿਸੀਜਨ ਲੈ ਲਿਆ ਫਿਰ ਤੁਸੀਂ ਸਟਾਰਟਿੰਗ 'ਚ ਗਲਤ ਸੋਚੀ ਜਨ ਤੇ ਤੁਹਾਡੀ ਐਂਡਿੰਗ ਕਿੱਥੇ ਜਾ ਕੇ ਹੋਣੀ ਹੈ ਇੱਕ ਤਾਂ ਇਹਦਾ ਹੋਰ ਗੱਲ ਆ ਨਾ ਕਿ ਆਪਣੇ ਆਪਣੀ ਦੇਖ ਤੇ ਆ ਕਿ ਆਪਾਂ ਨੂੰ ਇਹ ਨਹੀਂ ਪਤਾ ਵੀ ਕਿਹਦੀ ਸਲਾਹ ਮੰਨਣੀ ਆ ਤੇ ਕਿਹਨੂੰ ਆਪਣਾ ਰੋਲ ਮਾਡਲ ਮੰਨਣਾ ਹੈ ਹਾਂ ਜਿਵੇਂ ਮਤਲਬ ਕਿ ਜਦੋਂ ਤੁਸੀਂ ਸਲਾਈ ਤੁਸੀਂ ਜਦੋਂ ਗਲਤ ਲੈ ਕੇ ਸ਼ੁਰੂ ਹੁੰਦੇ ਹੋਗੇ ਫਿਰ ਥੋੜੀ ਐਕਸਪੈਕਟੇਸ਼ਨਸ ਗਲਤ ਹੁੰਦੀਆਂ ਤੇ ਫਿਰ ਜਦੋਂ ਤੁਸੀਂ ਤੁਸੀਂ ਐਕਸਪੈਕਟ ਕੁਝ ਹੋਰ ਕਰਦੇ ਹੋ ਰਿਜ਼ਲਟ ਮਿਲਦਾ ਨਹੀਂ ਫਿਰ ਤੁਸੀਂ ਇਹ ਕਹਿੰਦੇ ਹੋ ਯਾਰ ਇਹ ਤਾਂ ਕੰਟਰੀ ਬਹੁਤ বেকার ਹੈ ਇੱਥੇ ਤਾਂ ਇੱਥੇ ਦਾ ਟੈਕਸ ਬਹੁਤ ਨਹੀਂ ਇੱਥੇ ਤਾਂ ਜੇ ਤੁਸੀਂ ਜਿਹੜਾ ਬੰਦਾ ਘਰ ਲੈ ਰਿਹਾ ਕਹਿੰਦਾ ਇਥੇ ਦਾ ਕਾਉਂਸਲ ਦੇ ਰੇਟ ਬਹੁਤ ਨੇ ਉਹ ਤਾਂ ਬਹੁਤ ਸਾਰੇ ਕੀਤੇ ਉਹ ਤਾਂ ਸਭ ਕੁਝ ਹੀ ਹੈ ਤੁਸੀਂ ਰਤੋ ਰਾਂ ਤੁਸੀਂ ਕੀ ਚਾਹੁੰਦੇ ਹੋਗੇ ਜੀ ਕਿ ਐਕਸਪੈਕਟੇਸ਼ਨਸ ਸਹੀ ਨਹੀਂ ਹੈਗੀਆਂ ਐਕਸਪੈਕਟੇਸ਼ਨ ਦੇ ਵਿੱਚ ਪਤਾ ਕੀ ਹੁੰਦਾ ਤੁਸੀਂ ਐਕਸਪੈਕਟ ਕਰ ਰਹੇ ਹੋ ਉਸ ਕੰਟਰੀ ਚ ਆ ਕੇ ਜਿੱਥੇ ਤੁਹਾਡੇ ਜ਼ੀਰੋ ਐਕਸਪੈਂਸਸ ਆ ਤੁਸੀਂ ਉਸ ਕੰਟਰੀ ਚ ਆਏ ਹੋ ਜਿੱਥੇ ਤੁਸੀਂ ਘਰ ਦੇ ਵਿੱਚ 10 ਜਾਨੇ ਆ ਇੱਕ ਜਾਨਾ ਕਮੋਂਦਾ 10 ਹੀ ਖਾ ਰੇ ਆ ਸਹੀ ਗੱਲ ਉਹ ਜ਼ੀਰੋ ਐਕਸਪੈਂਸ ਵੀ ਤਾਂ ਆ ਵੀ ਕੋਈ ਤੁਹਾਡੇ ਘਰੇ ਕੁਮਾਰ ਹੈ। ਹਾਂ ਨਹੀਂ ਮਤਲਬ ਕੋ ਕਹਿੰਦਾ ਆਪ ਤੁਸੀਂ ਰਹੋ ਤੇ ਤੁਸੀਂ ਮੰਨ ਲਓ ਜਿਵੇਂ ਅਸੀਂ ਕਿ ਰਹੋ ਚਲੋ ਵੀਰ ਪਤਾ ਲੱਗੇ ਵੀ ਉੱਥੇ ਵੀ ਖਰਚੇ ਬਹੁਤ ਨੇਗੇ। ਬਿਲਕੁਲ ਹੈਗੇ ਹੋ ਮੰਨਦੇ ਗੱਲ ਪਰ ਆਪਣਾ ਉੱਥੇ ਆਪਣਾ ਕਲਚਰਲ ਰੂਸਾ ਹੁਣਾ ਬਣਿਆ ਵਾ ਕਿ ਬਈ ਚਲੋ ਫਾਦਰ ਸਾਹਿਬ ਕੁਮਾਰੇ ਆ ਤੇ ਬਾਕੀ ਫੈਮਿਲੀ ਖਾ ਰਹੀ ਹੈ। ਇੱਥੇ ਜਦੋਂ ਆਉਂਨੇ ਆ ਇੱਥੇ ਆ ਕੇ ਦੇਖਦੇ ਆ ਬਈ ਸਾਰਾ ਪਰਿਵਾਰ ਹੀ ਕੰਮ ਤੇ ਲੱਗਾ ਵਾ। ਸਾਰੇ ਪਰਿਵਾਰ ਦੇ ਹੀ ਪੈਸੇ ਖਰਚਿਆਂ 'ਚ ਜਾ ਰਹੇ ਕੋ ਯਾਰ ਫੇਰ ਤੁਸੀਂ ਥੋੜ੍ਹ ਦਿਓ ਕਿ ਬਈ ਯਾਰ ਉੱਥੇ ਨਾਲੋਂ ਇੱਥੇ ਮਾੜਾ ਆ ਜਾਂ ਕੁਝ ਵੀ ਆ ਪਰ ਜੇ ਤੁਸੀਂ ਉਹਨੂੰ ਵਰਕਆਊਟ ਹੀ ਕਰ ਕਿ ਵੀ ਤੁਸੀਂ ਸਾਰੀ ਫੈਮਲੀ ਕਮਾ ਕੇ ਪੈਸੇ ਤੁਸੀਂ ਐਕਸਪੈਂਸ ਕੱਢ ਕੇ ਤੁਸੀਂ ਆਦੇ ਕਿੰਨੇ ਐਸਿਡ ਬਣਾ ਰਹੇ ਹੋ ਇਸ ਕੰਟਰੀ ਦੇ ਵਿੱਚ ਕਿੱਥੇ ਤੁਸੀਂ ਕੁਝ ਵੀ ਨਹੀਂ ਸੀ ਤੁਹਾਡੇ ਕੋਲ ਉਹੀ ਤਾਂ ਗੱਲ ਹੈ ਮਤਲਬ ਕਿ ਇਹ ਇਹ ਤਾਂ ਕੰਪੈਰੀਜ਼ਨ ਹੀ ਮੇਰੇ ਸਾਹਮਣੇ ਹੋਣਾ ਨਹੀਂ ਚਾਹੀਦਾ ਹੋਣਾ ਨਹੀਂ ਚਾਹੀਦਾ ਹੋਣਾ ਨਹੀਂ ਚਾਹੀਦਾ ਇੱਕ ਤਾਂ ਦੇਖੋ ਉੱਥੇ ਜਿਵੇਂ ਹੁਣ ਤੁਸੀਂ ਕਿਹਾ ਉੱਥੇ ਤੁਹਾਡੇ ਫਾਦਰ ਸਾਹਿਬ ਦੀ ਮਿਹਨਤ ਕੀਤੀ ہوئی ਆ ਉਹ ਤੋਂ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਨੇ ਤੁਹਾਡੇ ਬਾਪ ਦਾਦਿਆਂ ਨੇ ਮਿਹਨਤ ਕੀਤੀ ਆ ਸਾਰੀ ਸਾਰੀ ਉਮਰ ਉਹਨਾਂ ਨੇ ਹੱਡ ਵਾਹਿਆ ਫੇਰ ਤੁਹਾਨੂੰ ਕਿਤੇ ਬਾਹਰ ਉਹਨਾਂ ਨੇ ਭੇਜਿਆ ਅੱਜ ਹੁਣ ਤੁਸੀਂ ਬਾਹਰ ਆ ਇੱਥੇ ਆ ਗਏ ਇੱਥੇ ਤੁਸੀਂ ਉਹ ਤੁਹਾਡੇ ਬਾਪੋਂ ਤੁਸੀਂ ਉਹ ਦਰਦੇ ਹੋ ਤੁਸੀਂ ਇਹ ਮਤਲਬ ਸਭ ਕੁਝ ਕਰਨਾ ਤੁਹਾਡੀ ਉਹ ਵਾਲੀ ਪੀੜ੍ਹੀਆਂ ਨੇ ਉਹਨਾਂ ਨੇ ਇੱਥੇ ਦਾ ਤੁਹਾਡੇ ਤੁਹਾਡੀ ਮੈਂਟਰ ਰਿਜ਼ਲਟ ਦੇਖਣਾਗਾ ਤੇ ਤੁਸੀਂ ਕੰਪੇਅਰ ਕਿਵੇਂ ਕਰ ਸਕਦੇ ਹੋ ਇੱਥੇ ਤੁਹਾਨੂੰ ਬਿਲਕੁਲ ਓਬਵੀਅਸਲੀ ਤੁਹਾਨੂੰ ਸਭ ਕੁਝ ਆਪ ਕਰਨਾ ਪੈਣਾ ਇੱਥੇ ਯਾਰ ਜਿਹੜੀ ਸਾਡੇ ਫਾਦਰ ਸਾਹਿਬ ਕਹਿੰਦੇ ਹੁੰਦੇ ਕਿ ਵੀ ਮੈਂ ਇੱਕ ਇਨਵੈਸਟਮੈਂਟ ਕੀਤੀ ਆ ਹੂੰ ਠੀਕ ਹੈ ਜਿਵੇਂ ਆਪਾਂ ਇੱਥੇ ਸਾਰੇ ਮੁੰਡੇ ਅੱਜਕੱਲ ਗੱਲ ਕਰਦੇ ਕਿ ਵੀ ਹਾਂ ਅਸੀਂ ਇਨਵੈਸਟ ਕਰਨੇ ਪੈਸੇ ਇਨਵੈਸਟ ਕਰਨੇ ਸ਼ੇਅਰਸ ਲੈਣੇ ਕੁਝ ਵੀ ਗੱਲ ਕਰਦੇ ਆ ਉਵੇਂ ਆਪਣੇ ਫਾਦਰ ਸਾ ਵੀ 15 ਲੱਖ ਲਾਤਾ 20 ਲੱਖ ਲਾਤਾ ਵੀ ਉਹਨੇ ਆਪਦੀ ਇਨਵੈਸਟਮੈਂਟ ਕਰਤੀ ਆ ਆਦੇ ਵੱਲ ਹੁਣ ਰਿਟਰਨ ਆਪਾਂ ਦੇਣਾ ਵੀ ਰਿਟਰਨ ਆਪਾਂ ਆ ਉਹਦੇ ਕੀ ਵੀ ਹਾਂ ਅਗਲੇ 10 ਸਾਲ ਦੇ ਚ ਉਹਨੂੰ ਕਿੰਨੇ ਰਿਟਰਨ ਮਿਲਦੇ ਆ ਜੇ ਤੁਸੀਂ ਇਹੀ ਨਹੀਂ ਸੋਚੋਗੇ ਕਿ ਵੀ ਹਾਂ ਯਾਰ ਬੰਦੇ ਨੇ 15 ਲੱਖ ਮੇਰੇ ਤੇ ਲਾ ਕੇ ਮੈਨੂੰ ਭੇਜਿਆ ਪਹਿਲੀ ਗੱਲ ਤਾਂ 90% ਤਾਂ ਫਾਦਰ ਦੀ ਹੀ ਹੁੰਦੀ ਆ ਆਪਣੇ ਤਾਂ ਇਕੱਲੇ ਸਟੱਡੀ 베ਸ ਹੁੰਦਾ ਨਾ ਆਪਾਂ ਤਾਂ ਇਕੱਲੇ ਆਈਨਟਸ ਤੋਂ ਬੈਂਡ ਲੈਣੇ ਆ ਤੇ ਵਿੱਚ ਪਲੱਸ 2 ਪਾਸ ਕਰਨੀ ਆ ਬਾਕੀ ਸਾਰੀ ਇਨਵੈਸਟਮੈਂਟ ਤਾਂ ਫਾਦਰ ਸਾਹਿਬ ਦੀ ਆ ਕਿ ਆ ਆਪਣੇ ਬਾਪੂ ਸਾਰੇ ਜਿੰਨੇ ਸਾਰੇ ਦੇ ਉਹਨਾਂ ਨੇ ਮੈਨੂੰ ਪਤਾ 90% ਕੋਈ ਨਹੀਂ ਹੋਊਗਾ ਕਿ ਵੀ ਜਿਹੜਾ ਮੁੰਡਾ ਕਹਿੰਦਾ ਮੈਂ ਆਪਦੇ ਸਿਰ ਤੇ ਬਾਹਰ ਆਇਆ ਹੂੰ ਬਿਲਕੁਲ ਕਿ ਮੈਂ ਆਪਦੇ ਪੈਸੇ ਆ 15 ਲੱਖ ਲਾ ਕੇ ਮੈਂ ਨਹੀਂ ਕਿਸ ਨੂੰ ਜਾਣਦਾ ਮੈਨੂੰ ਇਨਾ ਟੈਨ ਹੋ ਗਿਆ ਉਹਨੇ ਇਨਵੈਸਟ ਕਰਤੇ ਆ ਬਈ ਹੁਣ ਰਿਟਰਨ ਤੁਸੀਂ ਦੇਣਾ ਉਹਦੀ ਰਿਟਰਨ ਨੂੰ ਤੁਸੀਂ ਮੋੜਨਾ ਵੀ ਹਾਂ ਯਾਰ ਕਿੰਨੇ 10 ਸਾਲਾਂ ਦੇ ਵਿੱਚ ਇਹ ਮੇਰਾ ਮੁੰਡਾ ਕਰਕੇ ਦੇ ਮੇਰੀ ਕੁੜੀ ਆ ਕਰਕੇ ਦੇਊਗੀ ਜਾਂ ਉਹ ਕਹਿ ਸਕਦੇ ਬਈ ਹਾਂ ਨਹੀਂ ਕੋਈ ਆਦਾ ਚਾਰਾ ਮਹੀਨੇ ਚ ਮੁੜਿਆ ਆ ਹੂੰ ਮੇਰੀ ਇਨਵੈਸਟਮੈਂਟ ਦਾ ਖਰਾਬ ਹੋ ਗਈ ਬਿਲਕੁਲ ਖਰਾਬ ਹੈ ਜਿਵੇਂ ਕਹਿੰਦੇ ਵੀ ਹਾਂ ਯਾਰ ਸ਼ੇਅਰ ਡੁੱਬ ਗਏ ਹਾਂ ਜੀ ਹਾਂ ਉਹੀ ਗੱਲ ਹੋ ਗਈ ਨਾ ਕਿ ਉਹ ਵੀ ਗੱਲ ਹੈ ਇਹ ਸ਼ੇਅਰ ਡੁੱਬੇ ਵਾਲੇ ਕੀ ਨੇ ਕਹਿਇਆ ਹੋਇਆ ਵੀ ਤੁਹਾਡੇ ਕੋਲ 5 ਸਾਲ ਲਈ ਟਾਈਮ ਆ ਵੀ ਇਹਦੇ ਵਿੱਚ ਤੁਸੀਂ ਡਬਲ ਕਰ ਲੈ ਤੁਸੀਂ ਫੇਰ ਹੀ ਸਕਸੈਸਫੁਲ ਹੋ ਕੀ ਬਤਾ 5 ਸਾਲਾਂ ਦੇ ਵਿੱਚ ਤੁਸੀਂ ਹਜੇ ਪੈਸਾ ਕੁਛ ਨਹੀਂ ਕਮਾਇਆ ਕਮਾਇਆ ਪਰ ਤੁਸੀਂ ਐਕਸਪੀਰੀਅੰਸ ਤੁਸੀਂ ਉਹ ਤੁਸੀਂ ਗੇਨ ਕੀਤੇ ਆ ਕਿ ਤੁਹਾਨੂੰ ਪਤਾ ਕਿ ਅਮ ਵਾਲੇ 5-7 ਸਾਲਾਂ ਦੇ ਵਿੱਚ ਕਿ ਤੁਸੀਂ ਗੇਮ ਹੀ ਕਮਾ ਲੈਣੀ ਆ ਹਾਂ ਜੀ ਬਿਲਕੁਲ ਯਾਰ ਮੇਰਾ ਵੀ ਨਾ ਜਨਨਾਚਰ ਤੁਸੀਂ ਹਰ ਦਿਨ ਨੂੰ ਐਸ ਐਕਸਪੀਰੀਅנס ਨਹੀਂ ਗਿਣਦੇ ਉਹਨਾਂ ਚ ਲਾਈਫ ਸਕਸੈਸਫੁਲ ਨਹੀਂ ਹੁੰਦਾ ਹਰ ਰੋਜ਼ ਕੁਝ ਨਾ ਕੁਝ ਸਿੱਖੋ ਕੁਝ ਨਾ ਕੁਝ ਪੜੋ ਉਹੀ ਪੜੋ ਪੜੋ ਕੁਝ ਸਿੱਖਣ ਦੀ ਕੋਸ਼ਿਸ਼ ਹਾਂ ਸਿੱਖਣ ਦੀ ਟਰਾਈ ਕਰੋ ਗਲਤ ਬੰਦਿਆਂ ਤੋਂ ਜਦੋਂ ਤੁਸੀਂ ਲੈਨੇ ਹੋ ਹੁਣ ਜਿਵੇਂ ਮੈਂ ਨਾ ਹੁਣ ਟਿਕਟੌਕ ਦੀ ਆਪਾਂ ਗੱਲ ਕਰੀ ਚਲੋ ਡਿਸਰੈਸਪੈਕਟ ਆਪਾਂ ਨੂੰ ਕਿਸੇ ਨਾਲ ਨਹੀਂ ਹੈਗੀ ਜਿਵੇਂ ਆਪਾਂ ਵੀਡੀਓ ਪਾਉਨੇ ਆ ਅਗਲਾ ਪਾਉਣ ਦਾ ਤੇ ਸਭ ਨੂੰ ਮਤਲਬ ਕੀ ਆਪਾਂ ਤਾਂ ਪਿਆਰ ਨਾਲ ਹੀ ਕਰਦੇ ਆ ਚਲੋ ਇੱਕ ਮੈਂ ਵੀਡੀਓ ਦੇਖੀ ਤੇ ਉਹ ਮੁੰਡਾ ਤੇ ਤੇਰਸ ਮਾਈਗ੍ਰੇਸ਼ਨ ਥੋੜਾ ਜਿਆਦਾ ਹੱਕ ਦੇ ਵਿੱਚ ਹਨਾ ਨਿਊਜ਼ੀਲੈਂਡ ਤੋਂ ਤੇ ਥੱਲੇ ਲੋਕ ਮਤਲਬ ਕਿ ਕਮੈਂਟਿੰਗ ਹੁੰਦੇ ਦੇ ਵਿੱਚ ਵੀ ਸਲਾਹਾਂ ਬਾਈ ਤੋਂ ਮੰਗ ਰਹੇ ਨੇ ਵੀ ਬਾਈ ਫਲਾਣਾ ਬਿਜ਼ਨਸ ਕਿਵੇਂ ਆ ਫਲਾਣਾ ਬਿਜ਼ਨਸ ਕਿਵੇਂ ਮਤਲਬ ਕਿ ਪਹਿਲੀ ਵਾਲੇ ਯਾਰ ਤੁਸੀਂ ਸਲਾਹ ਤੁਸੀਂ ਉਸ ਬੰਦੇ ਤੋਂ ਲਓ ਕਿ ਜਿਨੇ ਆਪ ਮਤਲਬ ਕੁਝ ਕਰਿਆ ਹੋਇਆ ਜਿਨੇ ਆਪ ਚੀਜ਼ਾਂ ਹੰਡਾਈ ਹੋਈਆਂ ਤੁਸੀਂ ਉਸ ਤੋਂ ਸਲਾਹ ਲਵੋ ਜਾਂ ਕੋਈ ਬਹੁਤ ਵੱਡਾ ਐਕਸਪਰਟ ਆ ਹੂੰ ਤਾਂ ਹੁਣ ਤੁਸੀਂ ਜੇ ਹੁਣ ਮੰਨ ਲਓ ਆਪਾਂ ਬੈਠਿਆਂਗੇ ਹੁਣ ਆਪਾਂ ਤੋਂ ਕੋਈ ਬੰਦਾ ਸਲਾਹ ਲਈ ਜਾਂਦਾ ਵੀ ਯਾਰ ਫਲਾਣਾ ਪ੍ਰੋਫੈਸ਼ਨ ਕਿਵੇਂ ਆ ਆਪ ਨੂੰ ਜਦੋਂ ਪਤਾ ਹੀ ਨਹੀਂ ਹੈਗਾ ਆਪਾਂ ਨੂੰ ਜਿੰਨੀ ਕਿ ਆਪਣੇ ਗੱਲ ਦਿਮਾਗ ਚ ਆਉਣੀ ਆਪ ਨੂੰ ਹਿਸਾਬ ਕਹਿ ਦੇਣਾ ਪਰ ਉਹ ਸਲਾਹ ਦਾ ਅਗਲੇ ਦਿਨ ਸੋਚਣਾਣਾ ਯਾਰ ਪਤਾ ਨਹੀਂ ਵੀ ਇਹ ਵੀ ਇਹੀ ਮਤਲਬ ਕੀ ਇਹ ਮੇਰੇ ਦਿਮਾਗ ਚ ਬਹੁਤ ਸਹੀ ਆ ਤਾਂ ਹੀ ਤਾਂ ਹੁਣ ਸਾਰਾ ਮਲਕ ਉਬਰ ਕਰੀ ਜਾਂਦਾ ਹੈਗਾ ਹੁਣ ਕਿਉਂ ਉਹਨਾਂ ਨੇ ਨਵੀਆਂ ਬੰਦ ਕਰਤੀਆਂ ਐਪਲੀਕੇਸ਼ਨ ਹੂੰ ਉਹ ਵੀ ਹੋਰ ਕੋਈ ਕੰਮ ਹੀ ਨਹੀਂ ਆਪਾਂ ਨੂੰ ਪਤਾ ਹੈਗਾ ਵੀ ਹੋਰ ਕੰਮ ਵੀ ਹੈ ਮੈਂ ਮੈਂ ਨਹੀਂ ਕਿ ਜਦੋਂ ਤੁਸੀਂ ਆਪਣਾ ਰੋਲ ਮਾਡਲ ਨਹੀਂ ਸਹੀ ਰੱਖਿਆ ਹਾਂਜੀ ਮੈਂ ਤਾਂ ਰੋਲ ਮਾਡਲ ਤੇ ਗੱਲ ਨਹੀਂ ਜੇ ਤੁਹਾਡਾ ਰੋਲ ਮਾਡਲ ਨਹੀਂ ਸਹੀ ਹੈਗਾ ਕਿ ਵੀ ਹਾਂ ਯਾਰ ਉਸ ਬੰਦੇ ਨੇ ਇੰਨਾ ਅਚੀਵ ਕੀਤਾ ਕਿ ਨੈਕਸਟ 5 ਇਅਰਸ ਤੱਕ ਮੈਂ ਜਿਹੜਾ ਮੇਰੇ ਨਾਲ 10 ਸਾਲ ਪਹਿਲਾਂ ਆਇਆ ਉਹ ਬੰਦੇ ਨੇ ਉਸਨੇ ਉਹ ਚੀ ਕਿਸੇ ਨਾ ਕਿਸੇ ਨੇ ਕੋਸ਼ਿਸ਼ ਨਾ ਕਰੀ ਜੀ ਕੀਤਾ ਵੀ ਹੈ ਨਾ ਲਾਈਵ ਦੇ ਵਿੱਚ ਤੁਸੀਂ ਡਿਫਰੈਂਟ ਕੀਤਾ ਮੈਂ ਕੋਈ ਡਿਫਰੈਂਟ ਕੀਤਾ ਮੈਂ ਕਹਿੰਦਾ ਵੀ ਯਾਰ ਉਸ ਬੰਦੇ ਨੇ ਇੰਨਾ ਅਚੀਵ ਕਰ ਲਿਆ ਪਿਛਲੇ 5 ਸਾਲ ਦੇ ਵਿੱਚ ਮੇਰੇ ਕੋਲ ਅਗਲੇ 5 ਸਾਲ ਦੇ ਵਿੱਚ ਮੈਂ ਵੀ ਉਹਨਾ ਅਚੀਵ ਕਰਨਾ ਚਾਹੁੰਦਾ ਜੇ ਤੁਸੀਂ ਰੋਲ ਮਾਡਲ ਰੱਖੋਗੇ ਸਹੀ ਗਿਆ ਹਾਂ ਯਾਰ ਕੁਝ ਹੋ ਸਕਦਾ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਆਪੇ ਹੋ ਜਾਂਦੀ ਹੈ ਪਿਛਲੇ 4 ਦਿਨ ਪਹਿਲਾਂ ਮੈਂ ਵੀਡੀਓ ਦੇਖ ਕੇ ਹਟਿਆ ਉਹਦੇ ਵਿੱਚ ਬਾਪੂ ਕਹਿੰਦਾ ਕਿ ਵੀ ਟੈਨਸ਼ਨ ਲੈ ਕੇ ਉਹ ਜ਼ਿੰਦਗੀ ਖਰਾਬ ਕੀਤੀ ਨੈਗੇਟਿਵ ਸੋਚ ਕੇ ਜ਼ਿੰਦਗੀ ਖਰਾਬ ਕੀਤੀ ਕਹਿੰਦਾ ਵੀ ਜ਼ਿੰਦਗੀ ਫੇਰ ਵੀ ਲੰਗੀ ਹੂੰ ਸਹੀ ਗੱਲ ਆ ਜ਼ਿੰਦਗੀ ਲੰਗੀ ਜਾਣੀ ਆ ਹਨਾ ਅਜੇ ਤੁਸੀਂ ਹੁਣੇ ਹੀ ਸਟਾਰਟਿੰਗ ਡੇਸ ਦੇ ਵਿੱਚ ਹੀ ਸੋਚਣ ਲੱਗ ਜੂਗੇ ਯਾਰ ਆ ਤਾਸ ਤੇ ਯਾਰ ਨਹੀਂ ਆ ਨਹੀਂ ਯਾਰ ਆ ਤਾਂ ਗਲਤ ਡਿਸੀਜਨ ਲੈ ਲਿਆਗਾ ਕੁਝ ਵੀ ਕਰ ਲਿਆ ਕੁਝ ਕਰ ਲਿਆ ਫੇਰ ਤੁਹਾਡਾ ਤੁਸੀਂ ਆਉਣ ਲੱਗੇ ਹੋਰ ਟਾਈਮ ਦੇ ਵਿੱਚ ਕਿਉਂਕਿ ਸਪੈਸ਼ਲੀ ਹੁਣ ਜਿੰਨਾ ਕਰ ਰਿਹਾ ਹਾਰਡ ਗਵਰਨਮੈਂਟ ਕੁਝ ਵੀ ਕਰਦੀ ਕੁਝ ਵੀ ਚੱਲਦਾ ਕੋਈ ਕਹਿੰਦੇ ਟੈਕਸ ਜਿਆਦਾ ਹੈ ਕੋਈ ਕਹਿੰਦੇ ਰੇਟਸ ਜਿਆਦਾ ਹੈ ਕੁਝ ਵੀ ਜਿਆਦਾ ਹੈ ਰੈਂਟ ਜਿਆਦਾ ਹੈ ਮੋਰਗੇ ਜਿਆਦਾ ਹੈ ਇੰਟਰਸਟ ਰੇਟ ਜਿਆਦਾ ਹੈ ਤੇ ਪਰ ਉਸ ਹਾਵ ਨਾਲ ਤੁਸੀਂ ਫਿਰ ਤਾਂ ਹੋਰ 네ਗੇਟਿਵ ਹੋ ਜਾਓਗੇ ਸਹੀ ਗੱਲ ਆ ਫਿਰ ਤੁਸੀਂ ਕਹੋਗੇ ਯਾਰ ਇਹ ਤਾਂ ਆਈ ਗਲਤੀ ਕਰ ਲਈ ਆਗੇ ਪਰ ਤੁਸੀਂ ਇਹ ਦੇਖੋ ਕਿ ਵੀ ਕੋਈ ਟਾਈਮ ਸੀਗਾ ਜਦੋਂ ਵੀ ਰੈਂਟ ਵੀ 300 400 ਹੁੰਦੇ ਸੀ ਮਾਰਗੇਜ ਰੇਟਸ ਇੰਟਰਸਟ ਰੇਟ ਵੀ 2% ਤੇ ਹੁੰਦੀ ਸੀਗੇ ਠੀਕ ਆ ਉਦੋਂ ਸਾਰੇ ਜਣੇ ਖੁਸ਼ ਸੀ ਉਹ ਤਾਂ ਸਰ ਹੁਣ ਕੰਟਰੀ ਵਧੀਆ ਲੱਗਦੀ ਜੀ ਉਹ ਫਿਰ ਅਪ ਐਂਡ ਡਾਊਨ ਤਾਂ ਆਉਨੇ ਨਾ ਲਾਈਫ ਦੇ ਵਿੱਚ ਇਹ ਤੁਸੀਂ ਐਕਸਪੈਕਟ ਨਹੀਂ ਕਰ ਸਕਦੇ ਕਿ ਵੀ ਸਟ੍ਰੇਟ ਲਾਈਨ ਤਰੀ ਜਾਵੇ ਕਿ ਵੀ ਉਹਦੇ ਵਿੱਚ ਕੋਈ ਉਪਨਾ ਹੋਵੇ ਕੋਈ ਡਾਊਨ ਆਵੇ ਫਿਰ ਤੁਸੀਂ ਡਾਊਨ ਵੇਲੇ ਵੀ ਨਾ ਜ਼ਿਆਦਾ ਖੁਸ਼ ਨਾ ਹੋਇਆ ਕਰੋ ਜਦੋਂ ਵੀ ਕੁਝ ਤੁਹਾਡਾ ਲਾਈਫ ਦੇ ਵਿੱਚ ਕਹਿੰਦਾ ਵੀ ਹਾਂ ਯਾਰ ਹੁਣ ਸਾਰਾ ਕੁਝ ਸੈੱਟ ਚੱਲ ਰਿਹਾ ਕਿ ਵੀ ਹੁਣ 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 ਇੱਥੇ ਹੀ ਰਹਿਣਾ ਇੱਧੂ ਜਾਣਾ ਨਹੀਂ ਦੋ ਕੁ ਸਾਲਾਂ ਬਾਅਦ ਕੁਝ ਨਾ ਕੁਝ ਚੇਂਜ ਹੋ ਜਾਂਦਾ ਜਾਂ ਗਲਤੀ ਕਰ ਲਈ ਇੱਥੇ ਅੱਗੇ ਫਿਰ ਨਾਲੇ ਪੰਗੇ ਵੀ ਤਾਂ ਹੁਣ ਜਿਵੇਂ ਇੰਟਰਸਟ ਰੇਟ ਜੀ ਵਧੇ ਨੇ ਲੋਕਾਂ ਦੀ ਇਹ ਪੋਜੀਸ਼ਨ ਟ ਪੰਗੇ ਵੀ ਤਾਂ ਤੁਸੀਂ ਆਪ ਹੀ ਲਏ ਹੋਏ ਨੇ ਤੁਹਾਨੂੰ ਕਿਹੜਾ ਕਿਸੇ ਕੋਈ ਬਾਹਰੋਂ ਆ ਕੇ ਕੋਈ ਕਹੇਗਾ ਵੀ ਯਾਰ ਆਹ ਲੈ ਚੱਕ ਦੇ ਨੂੰ ਮੌਰਗੇ ਤੇ ਲੈਣੀ ਆ ਮੇਰਾ ਵੀਰ ਇਹਦੇ 'ਚ ਨਾ ਜਿਹੜੀ ਜਦੋਂ ਆਪਾਂ ਕੋਈ ਵੀ ਸਟੈਪ ਚੱਕਦੇ ਆ ਲਾਈਫ ਦੇ ਵਿੱਚ ਸਪੈਸ਼ਲੀ ਜਦੋਂ ਵੱਡਾ ਜਿਵੇਂ ਘਰ ਦਾ ਮੌਰਗੇ ਜਾਂ ਕੁਝ ਕਰਦੇ ਆ ਉਦੋਂ ਨਾ ਤੁਸੀਂ ਬਹੁਤ ਜ਼ਿਆਦਾ ਪਲਾਨਡ ਹੋਣੇ ਚਾਹੀਦੇ ਹੋ ਤੁਸੀਂ 2-3 ਸਾਲ ਹੈਡ ਪਲਾਨਡ ਹੋਣੇ ਚਾਹੀਦੇ ਆ ਆਪ ਦੇ ਲਾਈਫ ਦੇ ਸਪੈਸ਼ਲੀ ਫਾਈਨੈਂਸ਼ੀਅਲੀ ਜੇ ਤੁਸੀਂ ਫਾਈਨੈਂਸ਼ੀਅਲੀ ਪਲਾਨਡ ਨਹੀਂਗੇ ਉਹ ਉਹਨਾਂ ਕੋਲ ਜਿਆਦਾ ਦੀ ਚੜੀ ਤਾਂ ਹੈ ਨਹੀਂ ਕਿ ਕਿ ਉਹਨਾਂ ਨੇ ਦੱਸ ਦੇਣਾ ਕਿ ਵੀ ਇਹ 2% ਹੀ ਰਹਿਣਾ ਸਹੀ ਗੱਲ ਹੈ ਠੀਕ ਹੈ ਨਾ ਬੈਂਕ ਵਾਲੇ ਵੀ ਨਹੀਂ ਦੱਸ ਸਕਦੇ ਕਿ ਉਹਨਾਂ ਨੂੰ ਹੀ ਪਤਾ ਹੁੰਦਾਗਾ ਪਰ ਜੇ ਤੁਹਾਨੂੰ ਪਤਾ ਹੈ ਕਿ ਵੀ ਮੈਂ 2 ਤੇ 4 ਤੇ ਲੈ ਲਿਆ ਘਰ ਠੀਕ ਹੈ ਇਹ ਉੱਪਰ ਵੀ ਜਾ ਸਕਦਾ ਇੱਕ ਤੇ ਵੀ ਨਹੀਂ ਆ ਸਕਦਾ ਠੀਕ ਹੈ ਨਾ ਤੁਸੀਂ ਉੱਪਰ ਵਾਲਾ ਸੋਚ ਕੇ ਨਹੀਂ ਚੱਲੇ ਜੇ ਤੁਸੀਂ ਕਦੇ ਸੋਚਿਆ ਨਹੀਂਗਾ ਕਿ ਵੀ 7-8% ਤੇ ਜਾਊਗਾ ਤੁਸੀਂ ਆਪਦੀ ਕੈਲਕੂਲੇਸ਼ਨ ਕਰ ਲਈ ਕਿ ਵੀ ਇਹ 4% ਤੇ ਇੰਨਾ ਮੋਰਗੇਜ ਬਣਦਾ ਕਿ ਮੈਂ ਸਾਰੀ ਇਹ ਸਾਲ ਇੰਨੇ ਹੀ ਦੇਣਾ ਉਹ ਨਹੀਂ ਨਾ ਹੋ ਸਕਦਾ ਤੁਸੀਂ ਇਹ ਦੇਖੋ ਕਿ ਵੀ ਅਗਲੇ 2 ਸਾਲ ਨੂੰ ਸ਼ਾਇਦ ਇੰਟਰਸਟ ਏਡ ਵੱਧ ਜੇ ਮੇਰੇ ਕੋਲ ਇਨਾ ਫੰਡ ਤਾਂ ਸਾਈਡ ਤੇ ਪਿਆ ਹੋਣਾ ਚਾਹੀਦਾ ਨਾ ਕਿ ਵੀ ਮੈਨੂੰ ਕੋਈ ਹਾਰਡਸ਼ਿਪ ਨਾ ਆਵੇ ਜਾਂ ਮੈਨੂੰ ਕੋਈ ਮੈਨੂੰ ਕੋਈ ਪ੍ਰੋਬਲਮ ਨਾ ਆਵੇ ਕਿ ਮੇਰੀ ਇਨਕਮ ਤਾਂ ਇੰਨੀ ਰਹਿਣੀ ਹੈ ਇਨਕਮ ਦਾ ਚੇਂਜ ਹੁੰਦੀ ਨਹੀਂ ਅਨਲੈਸ ਤੁਸੀਂ ਕੋਈ ਨਵਾਂ ਬਿਜ਼ਨਸ ਸ਼ੁਰੂ ਕਰ ਲਿਆ ਜਾਂ ਕੋਈ ਜੋਬ ਤੁਹਾਨੂੰ ਮਤਲਬ ਤੁਸੀਂ ਪ੍ਰੋਮੋਟ ਹੋ ਗਏ ਕੁਝ ਹੋ ਗਿਆ ਤੁਹਾਡੀ ਇਨਕਮ ਸੋਰਸ ਤਾਂ ਸੇਮ ਹੀ ਹੈ ਪਰ ਉਹ ਤੇ ਤੁਸੀਂ ਇੰਨਾ ਮਤਲਬ ਕੀ ਤਪਲਾ ਸਾਰਾ ਸਾਰੇ ਉਤੇ ਇੰਨੀ ਤੁਸੀਂ ਉਮੀਦ ਲਾ ਕੇ ਨਹੀਂ ਰੱਖ ਸਕਦੇ ਕਿ ਮੈਨੂੰ ਕੱਲ ਨੂੰ ਪ੍ਰੋਮੋਸ਼ਨ ਮਿਲੂ ਜਾਂ ਮੈਂ ਕੱਲ ਨੂੰ ਨਵਾਂ ਬਿਜ਼ਨਸ ਸ਼ੁਰੂ ਕਰਾਂਗਾ ਉਹ ਤਾਂ ਤੁਸੀਂ ਮਤਲਬ ਪਿੱਛੇ ਯਾਰ ਉਹੀ ਜਿਵੇਂ ਤੁਸੀਂ ਜਿਵੇਂ ਪਹਿਲਾਂ ਕਿਹਾ ਜਿਹੜੇ ਲੋਕ ਪਲੈਨਿੰਗ ਨਾਲ ਜਾਂਦੇ ਹਨ ਉਹ ਬੰਦਾ ਕਦੇ ਮਾਰ ਨਹੀਂ ਖਾਂਦਾ ਹੈਗਾ ਜਿਨੇ ਕੰਮ ਹੀ ਸਾਰੇ ਮਤਲਬ ਕਿ ਦੇਖੋ ਦੇਖੀ ਕਰਿਆ ਸੌਣ ਸੌਣ ਕੇ ਕਰਿਆ ਕਿ ਯਾਰ ਤੈਂ ਲੈ ਲਿਆ ਘਰ ਮੈਂ ਵੀ ਲੈਣਾ ਤੈਂ ਆਹ ਕੰਮ ਕਰਿਆ ਮੈਂ ਵੀ ਆਹ ਕਰ ਲਾਂ ਜਿਨੇ ਕਦੇ ਮਤਲਬ ਕਿ ਕੁਝ ਸਿੱਖਣ ਦੀ ਕੋਸ਼ਿਸ਼ ਹੀ ਨਹੀਂ ਕਰੀ ਹੈਗੀ ਉਹ ਬੰਦਾ ਧੋਖਾ ਹੀ ਖਾਂਦਾ ਹੈਗਾ ਉਹ ਯਾਰ ਉਹ ਤੋਨੇ ਧੋਖਾ ਖਾਣਾ ਹੀ ਹੈ ਕਿ ਉਹ ਇੱਕ ਕਹਿੰਦੇ ਵਰਚੁਅਲ ਮਾਈਂਡ ਸੈਟ ਚ ਰਹ ਰਿਹਾ ਕਿ ਵੀ ਹਾਂ ਬੱਲ ਬਣਾਉਂਦੇ ਨੇ ਲੋਕਾਂ ਦੇ ਵਿੱਚ ਹੋ ਜਾਂਦੇ ਨੇ ਹੁਣ